ਕਰਦਾ ਤੁਸੀਂ ਪਹੁੰਚੇ ਆ ਵਿਕਟੋਰੀਆ ਪਬਲਿਕ ਸਕੂਲ ਪਾਤਰਾ ਦੇ ਵਿੱਚ ਜਿੱਥੇ ਕਿ ਤੁਸੀਂ ਦੇਖ ਰਹੇ ਹੋ ਜਿਵੇਂ ਤੁਸੀਂ ਦੇਖ ਰਹੇ ਹੋ ਰੋਟਰੀ ਕਲੱਬ ਪਾਤਰਾ ਰਾਇਲ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਡਾਕਟਰ ਡੇ ਦੇ ਉੱਪਰ ਡਾਕਟਰ ਡੇ ਦੇ ਉੱਪਰ ਇਹਨਾਂ ਵੱਲੋਂ ਡਾਕਟਰਸ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਉਹਦੇ ਲਈ ਅਸੀਂ ਨਰਾਇਣ ਗਰਗ ਜੀ ਨੇ ਕਲੱਬ ਦੇ ਪ੍ਰਧਾਨ ਇਹਨਾਂ ਤੋਂ ਪੁੱਛਦੇ ਹਾਂ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦਿਨ ਬਾਰੇ ਅੱਜ ਅਸੀਂ ਡਾਕਟਰ ਡੇ ਦੇ ਸਾਰੀ ਡਾਕਟਰਸ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਔਰ ਸਪੈਸ਼ਲ ਉਹਨਾਂ ਨੂੰ ਐਪਰੀਸ਼ੀਏਸ਼ਨ ਕਰਕੇ ਉਹਨਾਂ ਦਾ ਹੌਸਲਾ ਅਫਜਾਈ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕਰੋਨਾ ਦੇ ਟਾਈਮ ਦੇ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਆਪਣੀ ਜਾਨ 'ਤੇ ਖੇਲਦੇ ਹੋਏ ਇੱਕ ਬਹੁਤ ਵਧੀਆ ਇਹਨਾਂ ਨੇ ਆਪਣੀ ਜੋ ਭੂਮਿਕਾ ਸੀ ਉਹ ਨਿਭਾਈ ਆ ਔਰ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਲੋਕਾਂ ਦੀ ਸੇਵਾ ਦੇ ਵਿੱਚ ਤਤਪਰ ਖੜ੍ਹੇ ਰਹੇ ਨੇ ਮੈਂ ਸਪੈਸ਼ਲ ਇਹਨਾਂ ਸਾਰੀ ਡਾਕਟਰਸ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਪੈਸ਼ਲ ਕਰਕੇ ਸਾਡੇ ਮੋਹਨ ਲਾਲ ਜੀ ਅਤੇ ਉਹਨਾਂ ਦੇ ਵਾਈਫ ਮੈਡਮ ਸੋਨੀਆ ਜੀ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਜੋ ਕਿ ਤਨ ਮਨ ਧਨ ਨਾਲ ਪੂਰੇ ਲੋਕਾਂ ਦੀ ਸਮਾਜ ਦੀ ਸੇਵਾ ਕਰਦੇ ਨੇ ਮੈਂ ਡਾਕਟਰ ਡੇਜ਼ 'ਤੇ ਫਿਰ ਇਹਨਾਂ ਨੂੰ ਵਾਰ ਵਾਰ ਮੁਬਾਰਕਬਾਦ ਦਿੰਦਾ ਬਹੁਤ ਬਹੁਤ ਧੰਨਵਾਦ ਜੀ ਹੁਣ ਅਸੀਂ ਗੱਲ ਕਰਨ ਲੱਗੇ ਹਾਂ ਡਾਕਟਰ ਮੋਹਨ ਲਾਲ ਸਿੰਗਲਾ ਜੀ ਜਿਨ੍ਹਾਂ ਨੂੰ ਕਿ ਇੱਥੇ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਨੇ ਸਰ ਕੀ ਕਹਿਣਾ ਚਾਹੁੰਦੇ ਸਰ ਮੈਂ ਰੋਟਰੀ ਕਲੱਬ ਰਾਇਲ ਪਾਤਰਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਡਾਕਟਰਸ ਡੇ 'ਤੇ ਐਪਰੀਸ਼ੀਏਸ਼ਨ ਕੀਤੀ ਹੈ ਅਤੇ ਅਸੀਂ ਇਸ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੇ ਰਹਾਂਗੇ ਅਤੇ ਸਾਥ ਦੇਵਾਂਗੇ ਲੋਕ ਰੋਟਰੀ ਕਲੱਬ ਪਾਤਰਾ ਦਾ ਮੈਂ ਵੀ ਸਭ ਦਾ ਬਹੁਤ ਧੰਨਵਾਦ ਕਰਤੀ ਹੂੰ ਔਰ ਮੇਰੀ ਆਪ ਸਭ ਲੋਕੋਂ ਸੇ ਇੱਕ ਗੁਜ਼ਾਰਿਸ਼ ਇਹੀ ਹੈ ਕਿ ਹਮ ਡਾਕਟਰਸ ਕੀ ਸਥਿਤੀ ਕੋ ਸਮਝੇ ਜੋ ਇਤਨੇ ਕ੍ਰਿਟੀਕਲ ਟਾਈਮ ਮੇ ਲੋਕੋਂ ਕਾ ਸਾਥ ਦੇਤੇ ਹੈ ਉਨ ਪਰ ਜਬ ਮੈਨ ਹੈਂਡਲਿੰਗ ਹੋਤੀ ਹੈ ਉਸਕੋ ਰੋਕਾ ਜਾਏ ਪਲੀਜ਼ ਜੋ ਹੋਸਪਿਟਲਸ ਮੇ ਹਮਾਰੇ ਆਨੇ ਵਾਲੇ ਬੱਚੇ ਹਮ ਸਭ ਕੇ ਗਰੁੱਪ ਕੇ ਬੱਚੇ ਆ ਰਹੇ ਹੈ ਜਬ ਉਹ ਜੂਨੀਅਰ ਰੈਜੀਡੈਂਟ ਕੀ ਤਰ੍ਹਾਂ ਕਾਮ ਕਰਤੇ ਹੈ ਔਰ ਉਨ ਪਰ ਮੈਨ ਹੈਂਡਲਿੰਗ ਹੋਤੀ ਹੈ ਉਸਕੋ ਰੋਕਾ ਜਾਏ ਪਲੀਜ਼ ਔਰ ਲੋਕੋਂ ਕੋ ਵੀ ਇਸ ਚੀਜ਼ ਸੇ ਰੋਕਾ ਜਾਏ ਥੈਂਕ ਯੂ ਥੈਂਕ ਯੂ ਥੈਂਕ ਯੂ ਹੁਣ ਅਸੀਂ ਗੱਲ ਕਰਨ ਲੱਗੇ ਹਾਂ ਨਰਾਇਣ ਗਰਗ ਜੀ ਜਿਹੜੇ ਕਿ ਸਾਨੂੰ ਦੱਸਣਗੇ ਅੱਜ ਜਿਹੜਾ ਰੋਟਰੀ ਡੇ ਮਨਾਇਆ ਜਾਂਦਾ ਰੋਟਰੀ ਕਲੱਬ ਵੱਲੋਂ ਸਾਲ ਦੇ ਵਿੱਚ 1 ਜੁਲਾਈ ਨੂੰ ਉਹਦੇ ਬਾਰੇ ਸਾਨੂੰ ਜਾਣਕਾਰੀ ਦੇਣਗੇ ਸਰ ਕੀ ਕਹਿਣਾ ਚਾਹੁੰਦੇ ਸਾਡਾ ਜਿਹੜਾ ਰੋਟਰੀ ਈਅਰ ਹੈ 1 ਜੁਲਾਈ ਤੋਂ ਸ਼ੁਰੂ ਹੁੰਦਾ ਅਤੇ 30 ਜੂਨ ਤੱਕ ਹੁੰਦਾ ਜਿਹਦੇ ਵੀ ਸਾਡੇ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਪ੍ਰਵੀਨ ਜਿੰਦਲ ਜੀ ਨੇ ਸਾਨੂੰ ਕਿਹਾ ਸੀਗਾ ਵੀ ਆਪਣਾ ਈਅਰ ਜਿਹੜਾ ਸ਼ੁਰੂ ਕਰਨਾ ਉਹ ਡਾਕਟਰਸ ਨੂੰ ਸਨਮਾਨਿਤ ਕਰਨਾ ਜਿਨ੍ਹਾਂ ਨੇ ਆਪਣੇ ਤਨ ਮਨ ਦੇ ਨਾਲ ਇਸ ਕੋਵਿਡ ਮਹਾਂਮਾਰੀ ਦੇ ਵਿੱਚ ਬਹੁਤ ਵਧੀਆ ਯੋਗਦਾਨ ਪਾਇਆ ਸਾਡੇ ਕੁਝ ਡਾਕਟਰਸ ਪੈਂਡਿੰਗ ਰਹਿ ਗਏ ਕੁਝ ਉਹਨਾਂ ਨੂੰ ਇਸ ਟਾਈਮ ਐਮਰਜੈਂਸੀ ਦੇ ਅਟੈਂਡ ਕਰ ਰਹੇ ਨੇ ਇਸ ਕਰਕੇ ਉਹਨਾਂ ਨੂੰ ਨਹੀਂ ਦੇ ਪਾਏ ਅਸੀਂ ਪਰ ਅਸੀਂ ਸਾਰੇ ਅੱਜ ਦੇਖ ਕੇ ਆਵਾਂਗੇ ਟੋਟਲੀ ਅਤੇ ਚਾਰਟਰਡ ਅਕਾਊਂਟੈਂਟਸ ਜਿਹੜੇ ਸਾਡੇ ਦੇਸ਼ ਲਈ ਬਹੁਤ ਵਧੀਆ ਕੰਮ ਕਰਦੇ ਨੇ ਅਤੇ ਸਾਡੀ ਜਿਹੜੀ ਦੇਸ਼ ਦੀ ਜਿਹੜੀ ਅਰਥ ਵਿਵਸਥਾ ਹੈ ਉਹਦੇ ਵਿੱਚ ਉਹਨੂੰ ਸਹੀ ਰੱਖਣ ਦੇ ਵਿੱਚ ਬਹੁਤ ਸਹਾਇਤਾ ਕਰਦੇ ਨੇ ਅਤੇ ਹੋਰ ਬਹੁਤ ਲੋੜ ਹੈ ਚਾਰਟਰਡ ਅਕਾਊਂਟੈਂਟਸ ਦੀ ਇਸ ਦੇਸ਼ ਨੂੰ ਸਾਡੇ ਦੇਸ਼ ਨੂੰ ਬਹੁਤ ਜ਼ਰੂਰਤ ਹੈ ਅਸੀਂ ਉਹਨੂੰ ਮੁੱਖ ਰੱਖਦੇ ਹੋਏ ਪ੍ਰੋਤਸਾਹਨ ਦਿੰਦੇ ਹੋਏ ਵੀ ਇਹ ਚੀਜ਼ ਵਧੇ ਸਾਡੇ ਚਾਰਟਰਡ ਅਕਾਊਂਟ ਜਿੰਨੇ ਵੱਧ ਹੋਣਗੇ ਸਾਡੀ ਦੇਸ਼ ਦੀ ਅਰਥ ਵਿਵਸਥਾ ਉਨੀ ਵਧੀਆ ਹੋਊਗੀ ਹਰ ਇੱਕ ਨੂੰ ਟੈਕਸ ਦਾ ਜੋ ਸਿਸਟਮ ਹੈ ਉਹਦੇ ਬਾਰੇ ਪਤਾ ਚੱਲੇਗਾ ਬਹੁਤ ਬਹੁਤ ਧੰਨਵਾਦ ਸਰ ਪ੍ਰਾਈਮੇਟ ਨਿਊਜ਼ ਦੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ